ਪੰਜਾਬ ਦੀਆਂ ਮੰਡੀਆਂ ਦੇ ਵਿੱਚ ਆੜਤੀਆਂ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ। ਆਪਣੇ ਹੱਕਾਂ ਦੀਆਂ ਮੰਗਾਂ ਨੂੰ ਲੈ ਕੇ ਆੜਤੀ ਐਸੋਸੀਏਸ਼ਨ ਦੇ ਮੈਂਬਰ ਭਗਵੰਤ ਮਾਨ ਨੂੰ ਮਿਲਣ ਦੇ ਲਈ ਪਹੁੰਚੇ। ਇਸ ਮੌਕੇ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਵੱਲੋਂ ਕਿਹਾ ਗਿਆ ਕਿ ਜੇਕਰ ਅੱਜ ਹੋਣ ਵਾਲੀ ਬੈਠਕ ਵਿੱਚ ਸਾਡੀਆਂ ਮੰਗਾਂ ਨੂੰ ਮੰਨਿਆ ਜਾਵੇਗਾ ਤਾਂ ਇਹ ਹੜਤਾਲ ਖਤਮ ਕਰ ਦਿੱਤੀ ਜਾਵੇਗੀ, ਪਰ ਜੇਕਰ ਉਹਨਾਂ ਵੱਲੋਂ ਹਜੇ ਵੀ ਸਾਡੀਆਂ ਮੰਗਾਂ ਦਾ ਹੱਲ ਨਹੀਂ ਕੀਤਾ ਜਾਵੇਗਾ ਤਾਂ ਅਸੀਂ ਆਪਣੀ ਹੜਤਾਲ ਜਾਰੀ ਰੱਖਾਂਗੇ। ਪੰਜਾਬ ਸਰਕਾਰ ਦੇ ਨਾਲ ਪਿਛਲੇ 10 ਦਿਨ ਤੋਂ ਗੱਲਬਾਤ ਚੱਲ ਰਹੀ ਹੈ। ਉਸ ਗੱਲਬਾਤ ਦੇ ਵਿੱਚ ਅਸੀਂ ਚੀਫ ਸੈਕਟਰੀ ਸਾਹਿਬ, ਚੀਫ ਪ੍ਰਿੰਸੀਪਲ ਸੈਕਟਰੀ ਟੂ ਸੀ ਐਮ ਪੰਜਾਬ ਸ਼੍ਰੀ ਵੀ ਕੇ ਸਿੰਘ ਜੀ, ਸੈਕਟਰੀ ਫੂਡ, ਡਾਇਰੈਕਟਰ ਫੂਡ, ਸਾਰੇ ਅਫੀਸਰ ਮੀਟਿੰਗਾਂ ਸ਼ਾਮਿਲ ਹੁੰਦੇ ਰਹੇ। ਸਾਡੇ ਤਕਰੀਬਨ 10 ਮੁੱਦੇ ਆ ਜਿਹੜੇ 28 ਅਗਸਤ 2024 ਨੂੰ ਅਸੀਂ ਤਰੋਂਡੀ ਭਾਈ ਵਿਖੇ ਸਰਕਾਰ ਨੂੰ ਅਲਟੀਮੇਟਮ ਦਿੱਤਾ ਸੀ ਵੀ 1 ਅਕਤੂਬਰ ਤੋਂ ਪੰਜਾਬ ਦੀਆਂ ਮੰਡੀਆਂ ਬੰਦ ਕਰਾਂਗੇ, ਪਰ ਪੰਜਾਬ ਸਰਕਾਰ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ। ਉਸ ਲੜੀ ਦੇ ਵਿੱਚ ਅੱਜ ਮਾਣਯੋਗ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਜੀ ਨੇ ਸੱਦਿਆ, ਅੰਦਰ ਦੇਖੋ ਕਿਆ ਕਰਦੇ। ਸਾਡੀ ਇੱਕ ਹੀ ਮੰਗ ਹੈ, ਸਾਡੀ ਆੜਤ ਜਿਹੜੀ ਹੈ 1997 ਤੋਂ ਸਾਹ ਪ੍ਰਕਾਸ਼ ਸਿੰਘ ਬਾਦਲ ਦੇ ਟਾਈਮ 'ਤੇ 2.5% ਹੋਈ ਹੈ, MSP 'ਤੇ ਆੜਤ ਮਿਲਦੀ ਹੈ। ਆਹ ਸਾਡੀ 2019 ਤੋਂ ਕੇਂਦਰ ਸਰਕਾਰ ਨੇ ਉਹਨੂੰ 46 ਰੁਪਏ ਕੌਂਟਰ ਕਰਤਾ, ਜਿਹੜੀ ਕਿ ਸਾਡੇ ਹੁਣ ਆਪਸ ਤੋਂ ਬਾਹਰ ਹੋ ਗਈ ਹੈ। ਇਸ ਕਰਕੇ ਅਸੀਂ ਅੱਜ ਇਸੇ ਕਰਕੇ ਆਏ ਹਾਂ ਵੀ ਜਾਂ ਸਾਡੀ ਕੇਂਦਰ ਸਰਕਾਰ ਤੋਂ ਦਿਓ ਜਾਂ ਆਪਦੇ ਕੋਲੋਂ ਦਿਓ, ਜੇ ਦੇਣਗੇ ਤਾਂ ਠੀਕ ਆ, ਨਹੀਂ ਤਾਂ ਹੜਤਾਲ ਜਾਰੀ ਰਹੇਗੀ।